सत श्री अकाल सारे किसान भरावां नूं, सारे जिमीदार भरावां नूं सत श्री अकाल। आओ अज दी वीडियो च शाम दा वेला वा, परमात्मा दा नां लै के करदे आं गल। सोनालिका 750 DI ते सब तो पहलां तां वेख सकदे आपां वी ट्रैक्टर नूं किन्ना खूबसूरत तरीके नाल सिंगारिया। डैक ही घट तो घट मैनूं लगदा 1,00,000 रुपये दा डैक ही लाया भरा साडे ने। उस तो बाद इनू पायदा नहीं वेच सकते, आपां फ्लैट लगे आ, विद बंपर लगा, प्रैशर हार्न लगे आ, कहीं ज़्यादा ही वधिया जिहा लगण डिआ मैनूं वी चलाउण च। और जिहड़े वी भरा दा ट्रैक्टर वा उन्हां वी गल करदे, पर सब तो पहला गल करांगे आपां ग्राया साहब नाल, जिन्हां दा 0 मीटर 56-30 फोर व्हील ड्राइव नूं आपां मॉडिफिकेशन दे के घलाया वा। किद्दां दा ट्रैक्टर चलण डिआ वा, कोई दिक्कत कोई परेशानी आई आ, पुछदे वीर जी उन्हां नूं। और हर वार की तरह टर्बो की मॉडिफिकेशन, फुल मॉडिफिकेशन की है ट्रैक्टर। आओ लागे जरा माड़ा जिहा ग्रैंड साहब, एक फोन जगाओ माड़ा जिहा। सब तो पहला तो आपां तुहानूं पंप की मॉडिफिकेशन विखा दें, लाइट जगा दिओ मर्जी। थोड़ा नेरा हो चुका ही क्योंकि बारिश पै गई, अज गले भी काफ़ी पै गए आ, वेख सकते आपां। पर जजमेंट नहीं होगा किसी भी पास भी ट्रैक्टर मॉडिफिकेशन दोबारा दिती है, ठीक है जी। सब तो पहले तो गल करते ग्रैया साहब ना। ग्रैया साहब सत श्रीकाल। ये वीर तो तुम चंगी तरह पछाण दे जे, तो यद एक मैं कमेंट जोड़ा बड़ा वधिया लगता जे, तो कहता भी जगह कोई गल नहीं, परवाह नहीं करी दी, जोड़ा जो बोलता बोली जाण दो। गल सही है ग्रैया साहब, सही है। तुम ट्रैक्टर की वीडियो वेखी ही, सिंपल ट्रैक्टर जोड़ा वा कंपनी फिटड 56-30 ते मॉडिफाई होया 36-30। ग्रैंड साहब उदो तुहानूं मौके ते किन्ना फर्क लगता है, वीडियो ते वेख्या सारिया ने 56-30 दा ही बड़ा फर्क, 20 दा बड़ा, 56-20 दा ही बड़ा फर्क ही 30 नालों। नहीं 36-30 किदां दा चलदा उदों तुहाडे ट्रैक्टर नाल चलाया जी? जदों पहले दिन चलाया सी उदों ते बड़ा ज्यादा उहदा फर्क ही, इह 75 हॉर्स पावर ही, ओह पता नहीं किन्ने, अद्धो अद्धो उदों फर्क जापदा। अज आपणा किन्ने हॉर्स पावर लगदा वा? अज ते पता ही कोई नहीं, 100 प्लस कांडा कि नहीं होऊगा, ਕਿੰਦੀ ਕੰਪਨੀ 75 ਹੋਊਗੀ ਤੇ ਫਿਰ 100 ਤੋਂ ਵੀ ਪਲੱਸ ਹੋਊਗਾ। ਠੀਕ ਹੈ ਠੀਕ ਹੈ। ਤੇ ਡੀਜ਼ਲ ਤੇ ਨਹੀਂ ਜ਼ਿਆਦਾ ਲੈਂਦਾ ਟ੍ਰੈਕਟਰ ਜਦੋਂ ਦਾ ਮੋਡੀਫਾਈ ਕੀਤਾ ਜਾਂ ਇੰਨਾ ਜ਼ੋਰ ਲੈਂਦੇ ਆ? ਨਾ ਨਾ, ਹੁਣ ਮੈਂ ਪਿੱਛੋਂ ਫੋਨ ਕੀਤਾ 20 ਟਰਾਲੀਆਂ ਭਰੀਆਂ ਦੇ ਟੈਂਕੀ ਨਹੀਂ ਖਾ, ਟੈਂਕੀ ਹੁਣ ਤੇ ਡੀਜ਼ਲ ਪਾਉਣ ਲੱਗੇ। ਅੱਛਾ, 20 ਟਰਾਲੀਆਂ ਭਰਤੀਆਂ ਵਾ ਤੇ ਟੈਂਕੀ ਨਹੀਂ ਮੁੱਕੀ 56-30 ਫੋਰ ਵੀਲ ਡਰਾਈਵ ਨਾਲ? ਡਰਾਈਵ ਨਾਲ। ਟਰਾਲੀਆਂ ਕਿੰਨੇ ਫੁੱਟ ਦੀਆਂ? ਵਿੱਚ 12-6 ਦੀਆਂ ਹੀ ਆ ਯਾਰ। 12-6 ਦੀਆਂ? 11-6.5 ਵੀ ਹੈਗੀਆਂ। 11-6.5 ਵੀ ਹੈਗੀਆਂ। ਮਤਲਬ ਜਾਨੀ 20 ਟਰਾਲੀਆਂ ਬਣਾਤੀਆਂ, ਡੀਜ਼ਲ ਮੁੱਕਾ ਨਹੀਂ ਅਜੇ? ਮੁੱਕਾ ਨਹੀਂ ਅਜੇ, ਹੁਣੇ ਮੈਂ ਫੋਨ ਲਾਇਆ ਸੀ ਤੁਹਾਨੂੰ ਸਵੇਰ ਦਾ ਮੈਂ ਇੱਥੇ। ਅੱਛਾ, ਸਵੇਰ ਦੇ ਤੁਸੀਂ ਵਾਕਿਆ ਮੇਰੇ ਕੋਲ ਜੇ, ਤੁਹਾਡੀ ਆਪਣੀ ਵਰਕਸ਼ਾਪ ਆ, ਭਾਵੇਂ ਦਿਨ ਰਾਤ ਰਹੋ ਇੱਥੇ। ਅਤੇ ਇਹ ਵੀ ਟ੍ਰੈਕਟਰ ਸਾਡੇ ਭਰਾ ਦਾ ਜਿਹੜਾ ਵਾ, ਇਹ ਵੀ ਗ੍ਰੈਂਡ ਸਾਹਿਬ ਨੇ ਬੁੱਕ ਕੀਤਾ ਵਾ, ਅਤੇ ਇਹ ਵੀ ਗੱਲ ਕਰਦੇ ਭਰਾ ਨਾਲ, ਸਾਰੀ ਤੁਹਾਡੇ ਨਾਲ ਗੱਲ ਕਰ ਲੈਂਦੇ ਵੀ ਇਹ ਕਿਹੜਾ ਮਾਡਲ ਟ੍ਰੈਕਟਰ ਵਾ? ਇਹ 23 ਮਾਡਲ ਦੇ, 2023 ਮਾਡਲ। ਅਤੇ 2-wheel ਡਰਾਈਵ ਕੋਲ ਲਿਆ ਤੁਸੀਂ? ਸੌਰੀ, ਲੋਹਾ ਹੀ ਕੋਲ ਲਿਆ? ਇਹ 3 ਸਪੀਡ 'ਚ ਪ੍ਰੋਬਲਮ ਜੀ ਬੜੀ ਆਉਂਦੀ ਤਾਂ ਲਿਆ। ਸਾਡੇ ਨਾਲ ਵੱਧ ਭਰਾ ਨੂੰ ਤਜਰਬਾ ਵਾ, ਬੜੀ ਵਧੀਆ ਗੱਲ ਆ, ਠੀਕ ਹੈ ਜੀ। ਅੱਛਾ ਵੀਰੇ, ਠੀਕ ਆ। ਹਾਂਜੀ, ਅਤੇ ਜਾਨ ਵੀ ਠੀਕ ਸੀ? ਜਾਣ ਜੂਣ ਤਾਂ ਚਲੋ ਜੋ ਹੈਗਾ ਜੀ ਉਹ ਕੁਛ ਹੀ। ਹੁਣ ਕਿੱਦਾਂ, ਪੱਕੇ ਤਾਂ ਸੁੱਟਿਆ ਬਿਲਕੁਲ ਸਖਤ ਵਾ? ਲਾਇਆ ਬਹੁਤ ਵਧੀਆ ਚੱਲਦੇ ਨੇ। ਜ਼ਿਆਦਾ ਟਾਈਮ ਨਹੀਂ ਵੇਸਟ ਕਰਨਾ ਕਿਉਂਕਿ ਰਾਤ ਦਾ ਸਮਾਂ ਹੋ ਚੁੱਕਾ ਵਾ, ਥੋੜ੍ਹਾ ਬਾਰਿਸ਼ ਪੈ ਗਈ, ਗਲੇ ਪੈ ਗਏ ਨਾ ਕਾਫੀ, ਨਹੀਂ ਤਾਂ ਵੀਡੀਓ ਦਿਨੇ ਬਣਾਉਣੀ ਸੀ ਆਪਾਂ। ਅਤੇ ਇਹ ਵੀਰ ਜੀ ਹੋਣੀ ਹੈ ਜਿਹਨਾਂ ਦਾ ਟਰੈਕਟਰ ਆ, ਗ੍ਰਾਇਆ ਸਾਹਿਬ ਦਾ ਕਿ ਵੀਰ ਜੀ ਦਾ ਕਹਦਾ ਵਾ? ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਕੀ ਨਾਮ ਭਰਾ ਦਾ? ਸ਼ੁਭ। ਮੇਰਾ ਨਾਮ ਗੁਰਮੁਖ ਸਿੰਘ ਜੀ। ਗੁਰਮੁਖ ਸਿੰਘ, ਗੁਰਮੁਖ ਸਿੰਘ ਬਹੁਤ ਵਧੀਆ ਲੱਗਾ ਨਾਂ। ਅਤੇ ਦਿੱਤਾ ਹੈ ਕਿਹੜਾ ਇੱਥੇ ਜੀ ਆਪਾਂ? 5 ਮਿੰਟ ਕਿੱਦਾਂ ਦਾ ਲੱਗਣ ਡਿਆ ਵਾ? ਟਾਇਰਾਂ 'ਚੋਂ ਹਵਾ ਵੀ ਕੱਢਤੀ ਹੈ, ਟਾਇਰ ਸਮਝੋ ਵੀ ਥੱਲੇ ਲਾਤੇ ਰਿਮ, ਇੰਨੀ ਹਵਾ ਕੱਢਤੀ, ਪਰ ਫਿਰ ਵੀ ਟ੍ਰੈਕਟਰ ਜਿਹੜਾ ਆਪਣੀ ਸਿਰਪਿੰਗ ਵਿਖਾਏਗਾ। ਅਤੇ ਇਹ ਆਇਆ ਸਾਡਾ ਜਿਹੜਾ ਵਾ, ਕੀ ਆ ਇੱਧਰ ਆਇਓ ਜਰਾ, ਇਹ ਸਾਡਾ ਸਬਸਕ੍ਰਾਈਬਰ ਵੀ, ਸਾਡਾ ਫੋਲੋਵਰ ਵੀ ਆ, ਕੀ ਖਿਆਲ ਆ? ਕੱਲ੍ਹ ਦੀ ਜਿੱਦ ਕਰਨ ਡਿਆ ਭਰਾ, ਇਹ ਨੋਵੋ ਵਰਜਨ ਦੀ ਵੀਡੀਓ ਵੇਖਣ ਨੂੰ ਮਿਲੂਗੀ, ਹੱਸਦੇ ਰਹਿੰਦੇ ਹਾਂ। ਭਰਾ ਸਾਡਾ ਛੋਟਾ ਹੈ, ਅਤੇ ਅਰਜਨ ਨੋਵੋ 655 ਫੋਰ ਵੀਲ ਡਰਾਈਵ ਅਤੇ 2-wheel ਡਰਾਈਵ ਦੋਵਾਂ ਟ੍ਰੈਕਟਰਾਂ ਦੀ ਵੀਡੀਓ ਵੇਖਣ ਨੂੰ ਮਿਲੂਗੀ। ਪਰ ਅੱਜ ਆਪਾਂ ਗੱਲ ਕਰਦੇ ਸੋਨਾਲੀਕਾ 50 ਦੀ। ਸਤਨਾਮ ਵਾਹਿਗੁਰੂ। ਪਹਿਲੇ ਹਾਈ 'ਚ ਦਿੰਦੇ ਹਾਂ ਗੇੜਾ, ਆ ਜਾਓ ਗ੍ਰੈਂਡ ਸਾਹਿਬ ਤੁਸੀਂ ਨਾਲ ਹੀ। ਸਤਨਾਮ ਵਾਹਿਗੁਰੂ।
ਫੁੱਲ ਭਾਰੀਆਂ ਹਲਾਵਾਂ ग्रैंड साहब कहते दो नंबर लाइए ला देने पर जगह थोड़ी है। दो नंबर फिर लाता अपना टैक्टर का लाइटा नहीं लगानियां
ਕਾਂ ਦਾ ਟਾਇਰ ਚੱਲਿਆ ਆਪਾਂ ਵੀਡੀਓ 'ਚ ਵੇਖ ਸਕਦੇ ਹਾਂ। ਜ਼ਿਆਦਾ ਧੱਕਾ ਕਰਨਾ ਪਿਆ, ਸਖਤ ਬਹੁਤ ਥਾਂ ਸੀ, ਇਸ ਕਰਕੇ ਗਰਮੀ ਬਿਲਕੁਲ ਨੋਰਮਲ ਆ। ਇੰਨਾ ਧੱਕਾ ਕਰਨਾ ਨਹੀਂ ਹੁੰਦਾ ਆਪਾਂ। ਫਿਰ ਵੀ ਟਰੈਕਟਰ ਬਹੁਤ ਵਧੀਆ ਪਰਫੋਰਮੈਂਸ ਦਿਖਾਈ ਹੈ। ਕਿਉਂ ਕਰਾਂ ਸਾਹਿਬ, ਗਰਮ ਵਾਲੀ ਸੂਈ ਕਿੱਥੇ ਇਹਦੀ? ਇਸ ਟਾਈਮ ਟੱਪੀ ਤਾਂ ਨਹੀਂ? ਨਾ ਨਾ, ਦੂਜੇ ਐਚ ਪੀ ਟਰੈਕਟਰ ਚਲਾ ਕੇ ਵਿਖਾਇਆ, ਬਣਦਾ ਨਹੀਂ ਹੈਗਾ ਇਹੋ ਜਿਹੇ ਖੇਤ 'ਚ। ਅਜੇ ਹੱਲਾਂ ਬਹੁਤ ਭਾਰੀਆਂ ਪਾਈਆਂ ਐਰਕਾਂ, ਅਤੇ ਅੱਜ ਹੱਲਾਂ ਹੋਰ ਭਾਰੀਆਂ ਆ ਚੁੱਕੀਆਂ ਵਾ। ਥੈਂਕ ਯੂ।